ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਲਗਾਤਾਰ ਭ੍ਰਿਸ਼ਟਾਚਾਰ ਦੇ ਖਿਲਾਫ਼ ਲੜਾਈ ਲੜੀ ਜਾ ਰਹੀ ਹੈ ਤੇ ਇਸੇ ਦੇ ਚਲਦੇ ਰੀਅਲ ਅਸਟੇਟ ਡਿਵੈਲਪਰਾਂ ਦੇ ਬਾਕੀ ਰਹਿੰਦੇ ਕੰਮਾਂ ਦੇ ਨਿਪਟਾਰੇ ਦੇ ਲਈ ਖਾਸ ਕੈਂਪ ਅੱਜ ਲਗਾਇਆ ਗਿਆ ਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਕਨਫੈਡਰੇਸ਼ਨ ਆਫ਼ ਕਲੋਨਾਈਜ਼ਰਸ ਦੇ ਨਾਲ ਇਕ ਖਾਸ ਬੈਠਕ ਵੀ ਕੀਤੀ ਤੇ ਦੁਪਹਿਰ 3 ਵਜੇ ਪੰਜਾਬ ਭਵਨ ਚੰਡੀਗੜ੍ਹ ਦੇ ਵਿਚ ਪਹਿਲਾ ਕੈਂਪ ਲਗਾਇਆ ਗਿਆ ਤੇ ਇਸ ਦੇ ਤਹਿਤ 51 ਡਿਵੈਲਪਰਾਂ ਨੂੰ ਸਰਟੀਫਿਕੇਟ ਵੀ ਵੰਡੇ ਗਏ ਤੇ ਦਸਿਆ ਜਾ ਰਿਹਾ ਹੈ ਕਿ ਨਵੰਬਰ ਦੇ ਆਖਿਰ ਤੱਕ ਦੂਜਾ ਕੈਂਪ ਵੀ ਲਗਾਇਆ ਜਾਵੇਗਾ ਤੇ ਨਾਲ ਹੀ ਕੈਬਨਿਟ ਮੰਤਰੀ ਨੇ ਇਹ ਵੀ ਜਾਣਕਾਰੀ ਦਿੱਤੀ ਕਿ 18 ਤੋਂ 29 ਅਕਤੂਬਰ ਤੱਕ ਪੰਜਾਬ ਸਰਕਾਰ ਵੱਲੋਂ ਗੈਰ ਕਾਨੂੰਨੀ ਕਲੋਨੀਆਂ ਤੇ ਵੀ ਸਖ਼ਤ ਕਾਰਵਾਈ ਕੀਤੀ ਜਾਏਗੀ। ਅੱਜ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਆਦੇਸ਼ਾਂ ਅਨੁਸਾਰ ਇੱਕ ਕੈਂਪ ਲਗਾਇਆ ਗਿਆ ਕਲੋਨਾਈਜ਼ਰਾਂ ਨਾਲ, ਬਿਲਡਰਾਂ ਨਾਲ, ਜਿਹਨਾਂ ਨੂੰ ਲੰਬੇ ਸਮੇਂ ਤੋਂ ਪਿਛਲੀਆਂ ਸਰਕਾਰਾਂ ਦੇ ਟਾਈਮ ਤੋਂ ਸਰਟੀਫਿਕੇਟ ਲੈਣ ਦੀ ਪ੍ਰੋਬਲਮ ਆਉਂਦੀ ਸੀ ਰੈਗੂਲੇਟ ਕਲੋਨੀਆਂ ਵਾਸਤੇ, ਤੋ ਅੱਜ ਉਹ 51 ਸਰਟੀਫਿਕੇਟ ਦਿੱਤੇ ਗਏ। ਪਾਰਦਰਸ਼ੀ ਨਾਲ ਸਰਕਾਰ ਨੇ, ਸਾਡੇ ਅਫਸਰ ਸਹਿਮਾਨਾਂ ਨੇ, ਅਸੀਂ ਸਾਰਿਆਂ ਨੇ ਕੰਮ ਕੀਤਾ, ਤੋ ਅੱਜ ਜਿਹੜੀ ਕਲੋਨਾਈਜ਼ਰਾਂ ਦੇ ਚਿਹਰੇ 'ਤੇ ਖੁਸ਼ੀ ਵਾਲੀ ਝਲਕ ਸੀ, ਰੌਣਕ ਸੀ ਕਿ ਪਹਿਲੀ ਵਾਰ ਸਾਨੂੰ ਇਹ ਕੈਂਪ ਮਿਲਿਆ। ਪਹਿਲੀ ਵਾਰੀ ਅਸੀਂ ਇੱਕ ਇਮਾਨਦਾਰ ਸਰਕਾਰ ਬਣਾਈ ਸੀ ਅਤੇ ਅੱਜ ਪਹਿਲੀ ਵਾਰੀ ਇਮਾਨਦਾਰੀ ਨਾਲ ਸਰਟੀਫਿਕੇਟ ਮਿਲਿਆ। ਸੋ ਬਹੁਤ ਲੋਕਾਂ 'ਚ ਖੁਸ਼ੀ ਆ ਅਤੇ ਉਹਨਾਂ ਨਾਲ ਵਾਅਦਾ ਕੀਤਾ ਗਿਆ, ਨਾ ਕੋਈ ਸਾਡਾ ਅਫਸਰ ਨਾ ਕੋਈ ਸਰਕਾਰ ਦਾ ਬੰਦਾ ਤੁਹਾਡੇ ਕੋਲ ਬਿਨਾਂ ਪੈਸੇ ਲਏ ਤੁਹਾਡੇ ਕੰਮ ਕਰੂਗੀ, ਤੁਸੀਂ ਰੈਗੂਲਾਈਜ਼ ਕਲੋਨੀਆਂ ਕੱਟੋ, ਸਰਕਾਰ ਤੁਹਾਡੇ ਨਾਲ ਹੈ, ਜੇ ਤੁਹਾਡੇ ਕੋਈ ਰਿਸ਼ਵਤ ਮੰਗਦਾ ਉਹਦੇ ਲਈ ਈਮੇਲ ਆਈਡੀ ਜਾਰੀ ਕੀਤੀ ਗਈ ਹੈ, ਜਿਹੜੀ ਈਮੇਲ ਆਈਡੀ ਮੇਰੇ ਕੋਲ ਵੀ ਹੋਏਗੀ, ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਕੋ ਹੋਏਗੀ, ਸਾਡੇ ਚੀਫ ਸੈਕਟਰੀ ਸਾਹਿਬ ਕੋ ਹੋਏਗੀ, ਮੇਰੇ ਪ੍ਰਿੰਸੀਪਲ ਸੈਕਟਰੀ ਸਾਹਿਬ ਕੋ ਹੋਏਗੀ। ਸੋ ਪੂਰੀ ਇਮਾਨਦਾਰੀ ਨਾਲ ਔਰ ਸਾਰੇ ਕਲੋਨਾਈਜ਼ਰ ਅੱਜ ਬਹੁਤ ਖੁਸ਼ ਹੋ ਕੇ ਗਏ ਆ ਔਰ ਵਾਅਦਾ ਕਿ ਨਵੰਬਰ ਦੇ ਅਖੀਰਲੇ ਹਫ਼ਤੇ ਵੀ ਇਹ ਕੈਂਪ ਲੱਗੇਗਾ, ਮਹੀਨੇ ਡੇਢ ਮਹੀਨੇ ਬਾਅਦ ਜਨਵਰੀ 'ਚ ਵੀ ਲਗਾਵਾਂਗੇ। ਰੈਗੂਲਰ ਕਲੋਨੀਆਂ ਲਈ ਹਮੇਸ਼ਾ ਕੈਂਪ ਲੱਗਦੇ ਰਹਿਣਗੇ। ਇਲੀਗਲ ਕਲੋਨੀਆਂ ਵਾਲਿਆਂ ਨੂੰ ਬੇਨਤੀ ਹੈ, ਵਾਰਨਿੰਗ ਹੈ ਕਿ ਇਲੀਗਲ ਕਲੋਨੀਆਂ ਨਾ ਕੱਟੋ। ਜਦੋਂ ਸਰਕਾਰ ਰੈਗੂਲਰ ਕਲੋਨੀਆਂ ਕਰਨ ਲਈ ਬੈਠੀ ਹੈ, ਇਮਾਨਦਾਰੀ ਨਾਲ ਕੰਮ ਕਰ ਰਹੀ ਹੈ, ਤਾਂ ਇਲੀਗਲ ਕਲੋਨੀਆਂ ਵਾਲਾ ਬਖਸ਼ਿਆ ਨਹੀਂ ਜਾਊਗਾ। ਕਲੋਨੀਆਂ ਦੇ ਵਿੱਚ ਅੱਗੇ 5 ਚੱਲਦਾ ਸੀ, ਹੁਣ 5 ਚੱਲਣਗੇ, ਟਰੈਕਟਰ ਵੀ ਚੱਲਣਗੇ। ਕਲੋਨੀ ਇਲੀਗਲ ਕਲੋਨੀ ਨੂੰ ਖੇਤ ਬਣਾਇਆ ਜਾਵੇ। ਪੰਜਾਬ ਸਰਕਾਰ ਦੇ ਇਸ ਕਦਮ ਤੋਂ ਬਾਅਦ ਡਿਵੈਲਪਰਾਂ ਨੇ ਵੀ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਹੁਣ ਉਨ੍ਹਾਂ ਦੇ ਰੁਕੇ ਹੋਏ ਕੰਮ ਹੋ ਜਾਣਗੇ ਤੇ ਉਨ੍ਹਾਂ ਇਸ ਲਈ ਪੰਜਾਬ ਸਰਕਾਰ ਦਾ ਖਾਸ ਤੌਰ ਤੇ ਧੰਨਵਾਦ ਵੀ ਕੀਤਾ। ਅਸੀਂ ਕਾਫੀ ਸਾਲਾਂ ਤੋਂ 10-15 ਸਾਲਾਂ ਤੋਂ ਰੀਅਲ ਅਸਟੇਟ ਦੇ ਕਾਰੋਬਾਰ 'ਚ ਹਾਂ, ਪਰ ਇੱਦਾਂ ਦਾ ਫੰਕਸ਼ਨ ਅਸੀਂ ਅਕਾਲੀ ਸਰਕਾਰ ਵੀ ਦੇਖੀ ਆ, ਕਾਂਗਰਸ ਸਰਕਾਰ ਵੀ ਦੇਖੀ ਆ, ਪਰ ਇੱਦਾਂ ਦਾ ਫੰਕਸ਼ਨ ਜਾਂ ਇੱਦਾਂ ਦੇ ਜਿਹੜੇ ਕੰਮ ਕਰਨ ਦੇ ਤਰੀਕੇ ਆ ਪਿਛਲੀਆਂ ਸਰਕਾਰਾਂ 'ਚ ਨਹੀਂ ਅਪਣਾਏ ਗਏ, ਜਿਹਦੇ ਕਰਕੇ ਅੱਜ ਵੀ ਹਰ ਡਿਵੈਲਪਰ ਪ੍ਰਮੋਟਰ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਇਹ ਸੋਚਦਾ ਵੀ ਸਾਡਾ ਕੰਮ ਸਿਰੇ ਚੜ੍ਹ ਜੂਗਾ ਜਾਂ ਨਹੀਂ। ਕਿਉਂਕਿ ਦੇਖੋ, ਜਦੋਂ ਵੀ ਤੁਸੀਂ ਕੋਈ ਪਲੈਨਡ ਪ੍ਰੋਜੈਕਟ ਕੱਟਦੇ ਹੋ, ਉਹਦੇ 'ਚ ਹਰ ਮਹਿਕਮੇ ਤੋਂ ਤੁਹਾਨੂੰ NOC ਲੈਣੀ ਪੈਂਦੀ ਆ, ਚਾਹੇ ਪੋਲਿਊਸ਼ਨ ਬੋਰਡ ਹੋਵੇ, ਚਾਹੇ ਫੋਰੈਸਟ ਹੋਵੇ, PWD ਹੋਵੇ। ਸੋ ਉਹਦੇ 'ਚ ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ ਸੀਗੀਆਂ, ਜਿਹਨੂੰ ਘੱਟ ਕਰਨ ਲਈ ਇਹ ਸਰਕਾਰ ਦਾ ਜਿਹੜਾ ਉਪਰਾਲਾ ਇਹ ਬਹੁਤ ਵਧੀਆ ਉਪਰਾਲਾ, ਇਹਦੇ 'ਚ ਕੰਮ ਕਰਨ ਲਈ ਪੰਜਾਬ ਦੇ ਤਾਂ ਲੋਕ ਕਰਨਗੇ ਹੀ ਕਰਨਗੇ, ਦੂਜੇ ਸੂਬਿਆਂ ਤੋਂ ਵੀ ਲੋਕ ਆ ਕੇ ਇਨਵੈਸਟ ਕਰਨਗੇ, ਜਿਹਦੇ 'ਚ ਪੰਜਾਬ ਦੀ ਤਰੱਕੀ ਅਤੇ ਪੰਜਾਬ ਦੇ ਲੋਕਾਂ ਨੂੰ ਵਧੀਆ ਇੱਕ ਚੰਗੀਆਂ ਚੀਜ਼ਾਂ ਮਿਲਣਗੀਆਂ। ਜੇ ਆਪਾਂ ਗੱਲ ਕਰੀਏ ਇਸ ਸਰਕਾਰ ਦੀ ਪਿਛਲੇ, ਅਤੇ ਔਫਕੋਰਸ ਪਿਛਲੇ 1 ਸਾਲ 'ਚ ਕਾਫੀ ਚੇਂਜਿਸ ਅਸੀਂ ਦੇਖੇ ਹੈ ਜੋ ਇਸ ਗੌਰਮੈਂਟ ਨੇ ਕੀਤੇ ਹੈ, ਸਪੈਸ਼ਲੀ ਸਪੀਡੀ ਅਪਰੂਵਲਸ ਜਿਹਨੂੰ ਆਪਾਂ ਕਹਾਂਗੇ, ਐਂਡ ਕਰਪਸ਼ਨ ਫਰੀ ਅਨਫੇਅਰ ਪ੍ਰੈਕਟਿਸਿਸ, ਇਹ ਚੀਜ਼ਾਂ 'ਤੇ ਰੋਕ ਲੱਗੀ ਹੈ। ਅਤੇ ਇੱਦਾਂ ਦੇ ਕੈਂਪ ਜੇ ਕੈਂਪ ਪਹਿਲੀ ਵਾਰੀ ਲੱਗਿਆ ਹੈ ਮੰਤਰੀ ਸਾਹਿਬ ਦੀ ਅਗਵਾਈ 'ਚ, ਜਿਸ 'ਚ ਸਾਨੂੰ ਵੀ ਕੰਪਲੀਸ਼ਨ ਸਰਟੀਫਿਕੇਟ ਗ੍ਰਾਂਟ ਹੋਇਆ ਹੈ, ਅਤੇ ਮੈਂ ਸਰਕਾਰ ਤੋਂ ਉਮੀਦ ਕਰਦਾ ਕਿ ਇੱਦਾਂ ਦੇ ਕੈਂਪ
ਅੱਗੇ ਵਾਸਤੇ ਵੀ ਲੱਗਦੇ ਰਹਿਣਗੇ, ਜੋ ਕਿ ਆਫਕੋਰਸ ਮੰਤਰੀ ਸਾਹਿਬ ਨੇ ਮੀਟਿੰਗ 'ਚ ਵੀ ਕਿਹਾ ਹੈ ਕਿ ਅੱਗੇ ਵੀ ਲੱਗਦੇ ਰਹਿਣਗੇ। ਅਤੇ ਆਹੀ ਅਸੀਂ ਸਰਕਾਰ ਤੋਂ ਚਾਹੁੰਦੇ ਹਾਂ ਕਿ ਜੋ ਸਾਡੀ ਜੈਨੂਅਨ ਪ੍ਰੋਬਲਮਸ ਹੈ, ਜੋ ਸਾਨੂੰ ਪਹਿਲੇ ਸਰਕਾਰਾਂ 'ਚ ਦਿੱਕਤ ਆਉਂਦੀ ਰਹੀ ਹੈ ਜਾਂ ਪਿਛਲੇ ਕੁਛ ਟਾਈਮ ਤੋਂ ਦਿੱਕਤ ਆਉਂਦੀ ਰਹੀ ਹੈ, ਉਹ ਅੱਗੇ ਨਾ ਆਏ। ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਭ੍ਰਿਸ਼ਟਾਚਾਰ ਨਿਪਟਾਰਾ ਈਮੇਲ ID transparency.hud.gmail.com ਜਾਰੀ ਕੀਤੀ ਗਈ ਹੈ ਤੇ ਇਸ ਦੇ ਤਹਿਤ ਜੇਕਰ ਕੋਈ ਵੀ ਵਿਅਕਤੀ ਰੀਅਲ ਅਸਟੇਟ ਡਿਵੈਲਪਰ ਤੋਂ ਰਿਸ਼ਵਤ ਮੰਗਦਾ ਹੈ ਤਾਂ ਉਸਦੀ ਸ਼ਿਕਾਇਤ ਇਸ ਈਮੇਲ ID ਤੇ ਕੀਤੀ ਜਾ ਸਕਦੀ ਹੈ। ਬਿਊਰੋ ਰਿਪੋਰਟ, ਜਗਬਾਣੀ TV।